ਕਈ ਹੁੰਦੇ ਇਹ ਚੋਟ ਤਮਾਕੂ ਵਾਲੇ ਵੀ ਹੈ ਨਾ, ਉਹਨਾਂ ਨੇ ਚੋਟ ਤਮਾਕੂ ਲਾਣੀ, ਕਹਿੰਦੇ ਇਧਰੋਂ ਖਿਸਕਣਾ, ਇਹ ਸਾਹਮਣੇ ਡੀਂਗੋ ਕਾਲੀ। ਅਰੇ ਬਾਪ ਰੇ, ਇਹ ਤਾਂ ਧੋਤੀ ਖੋਲ ਰਿਹਾ ਹੈ। ਇਹ ਮੈਂ ਖੜੋਤੇ ਇਸ ਜਗ੍ਹਾ ਨਾ ਆਇਆ ਦੁਆਰ ਬੜੀ, ਪਰ ਭਾਈ ਡਰ ਲੱਗਦਾ ਕਸਮ ਸੇ ਦਿਨੇ ਦਿਨੇ। ਵੱਟੇ ਉੜ ਜਾਂਦੇ ਆਹੋ ਵੱਟੇ ਤਾਂ ਚੱਲਦੇ ਸੀ, ਟੀਨਾ ਵਰੇ ਦੜਾ ਦੜ ਹੁੰਦੀ ਸੀ, ਭਲਾ ਪਹਿਰੇਦਾਰ ਬੈਠੇ ਹੁੰਦੇ ਸੀ ਉੱਪਰ, ਵੀ ਹੁੰਦਾ ਹੈ ਯਾਰ ਕਿਆ ਕਰਦੇ ਬਾਥਰੂਮ ਵਾਸਤੇ ਸਰ ਜੀ। ਨਾ ਇੱਕ ਕਰੋ ਯਾਰ, ਗੱਡੀਆਂ ਵੀ ਲਾਈਆਂ ਬੋਲਾਂ ਗੱਡੀਆਂ ਲਾਈ ਦਿੱਤੀਆਂ ਅਗਲੇ ਨੇ ਪ੍ਰਾਈਵੇਟ ਸਕੂਲਾਂ ਤੋਂ ਹੀ, ਕਰੋ ਯਾਰ ਸਰਕਾਰੀ ਸਕੂਲਾਂ 'ਚ ਵੀ ਪੜ੍ਹਾਓ ਸਰਕਾਰੀ। ਰਾਮ ਰਾਮ ਬੜਕਾ ਜੀ, ਕਿਆ ਹਾਲ ਚਾਲ ਹੈ? ਤਾਂ ਅੱਜ ਕੱਲ੍ਹ ਬਲੋਗ ਮੈਂ ਲੱਗਾ ਪਹਾੜੀ 'ਚ ਬਣਾਉਣ, ਕਹਿੰਦੇ ਧੋਕੀ ਪਤਾ ਮੈਂ ਹਮੇਸ਼ਾ ਦੱਸਣਾ ਮੰਦਰੇ ਦੇ ਬਾਰੇ 'ਚ, ਕੋਈ ਨਾ ਕੋਈ ਸਟੋਰੀ ਹੁੰਦੀ ਹੈ ਉਹਨਾਂ ਦੀ ਹੈ ਨਾ, ਹਮੇਸ਼ਾ ਬਣਾਉਣਾ ਹੈ। ਇਸ ਵਾਰ ਵੀ ਮੰਦਰ ਹੀ ਹੈ, ਪਰ ਫਰਕ ਇੰਨਾ ਹੈ ਵੀ ਇਸ ਵਾਰੀ ਮੰਦਰ ਹੈ, ਫਿਲਮੀ ਡਾਇਲੋਗ ਸ਼ਿਕਸ਼ਾ ਦਾ ਮੰਦਿਰ। ਤਾਂ ਮੈਂ ਲੱਗਾ ਗਾਰੇ ਦਾ ਸਕੂਲੇ ਦਾ ਬਲੋਗ ਬਣਾਉਣ, ਠੀਕ ਹੈ? ਜਿਹੜੇ ਜਿਹੜੇ ਗਾਰ ਪੜ੍ਹੇ ਨਾ ਤੁਹਾਨੂੰ ਕਸਮ ਹੈ ਸਕੂਲੇ ਦੀ, ਸ਼ੇਅਰ ਜ਼ਰੂਰ ਕਰਿਓ ਵੀਡੀਓ ਕੀ, ਠੀਕ ਹੈ? ਅੱਛਾ ਬੜਕੇ ਦੱਸਿਓ ਕੁਸਕੀ ਕੁਸਕੀ ਇੱਥੇ ਆਏ ਕਿ ਡਰ ਲੱਗਦਾ? ਇਹ ਮੈਂ ਖੜੋਤੇ ਇਸ ਜਗ੍ਹਾ ਨਾ ਆਇਆ ਦੁਆਰ ਬੜੀ, ਪਰ ਭਾਈ ਡਰ ਲੱਗਦਾ ਕਸਮ ਸੇ ਦਿਨੇ ਦਿਨੇ, ਵੀ ਪਤਾ ਨਹੀਂ ਕਿ ਸਟੋਰੀਆਂ ਬਣਾਈਆਂ ਕੋਈ ਨਹੀਂ, ਇੱਥੇ ਭੂਤ ਰਹਿੰਦੇ ਨੇ, ਹੁਣ ਤਾਂ ਖੈਰ ਮੰਦਰ ਬਣੀ ਹੈ ਇੱਥੇ, ਪਰ ਬੜਾ ਡਰ ਲੱਗਦਾ ਹੁੰਦਾ। ਹਾਂ ਸੱਚ ਦੱਸਿਓ ਕਿਹੜਾ ਕਿਹੜਾ ਦਿਖਾ ਦਾ? ਇਲੇ ਸਕੂਲੇ ਤੋਂ ਪੈਦਲ ਆਉਂਦੇ ਇਹ ਤਾਂ ਪਰਸੀਨੋ ਪਰਸੀਨੋ ਹੋਇਆ ਹੋਣਾ, ਇੱਥੇ ਇੱਕ ਆਂਟੀ ਬੈਠੀ ਹੋਣੀ, ਝੁੰਗੀ ਲਾਈ ਹੋਣੀ ਉਹਨਾਂ ਨੇ, ਕਹਿੰਦੇ ਘੜੇ ਰੱਖੇ ਹੋਣੇ ਪਾਣੀ ਇਹਦੇ, ਕਸਮ ਸੇ ਬੜੀਆਂ ਹਰ ਇੱਕ ਚੀਜ਼ ਮਤਲਬ ਯਾਦ ਹੁੰਦੀ ਹੈ ਕਿਸੇ ਨਾ ਕਿਸੇ ਨੂੰ, ਹੈ ਨਾ? ਤੁਸੀਂ ਆਪਣੀ ਯਾਦ ਕਮੈਂਟ ਜ਼ਰੂਰ ਕਰਨੀ ਯਾਰ ਪਲੀਜ਼, ਮੈਂ ਇਸੀ ਕਰਕੇ ਵੀਡੀਓ ਬਣਾਉਣਾ, ਇਹੀ ਮਕਸਦ ਹੈ ਮੇਰਾ। ਚਲੋ ਤੁਹਾਡੀ ਯਾਦਾਂ ਤਾਜ਼ੀ ਹੋ ਜਾਂਗੀ ਇਸੀ ਬਹਾਨੇ। ਉਹ ਤਾਂ ਬੜਕਾ ਇਹੀ ਪੁੱਜੀ ਹੈ ਹੁਣ ਗਾਰ ਸਕੂਲੇ 'ਚ, ਇਹ ਦੇਖਾ। ਤਾਂ ਹੁਣ ਇਹ ਦੱਸੋ ਕਦੇ ਟਾਈਮੇ ਪਰ ਇਹੋ ਜਿਹੀ ਇਹ ਬਿਲਡਿੰਗ ਬਣੀ ਸੀ? ਸਾਡੇ ਟਾਈਮੇ ਪਰ ਤਾਂ ਬਣੀ ਸੀ ਇਹ ਬਿਲਡਿੰਗ, 2011-12 ਦੀ ਗੱਲ ਹੈ, ਬਣੀ ਚੁੱਕੀ ਸੀ। ਇਹਦੇ ਉੱਪਰ ਚੜ੍ਹੀ ਕੇ ਕੌਣ ਰੋਟੀ ਖਾਧਾ ਭਲਾ ਦੱਸਿਓ, ਛੋਟੇ ਹੁੰਦੇ ਆ, ਮੈਂ ਤਾਂ 6ਵੀਂ 'ਚ ਖਾਧੀ ਸੀ ਬਾਈ, ਇੱਥੇ ਚੜ੍ਹੀ ਕੇ ਬਹੁੰਦੇ ਹੁੰਦੇ ਸੀ, ਪਰ ਔਖੀ ਚੜ੍ਹਾਉਂਦਾ, ਹੁਣ ਤਾਂ ਖੈਰ ਪੁੱਜੀ ਜਾਂਦੇ ਹਾਂ। ਇਹ ਬੜਾ ਨਾ ਭਰਾ ਪਿੱਪਲ ਹੈ, ਗਰਮੀਆਂ 'ਚ ਇੱਥੇ ਕਲਾਸਾਂ ਲੰਘਦੀਆਂ ਸੀਆਂ, ਕਹਿੰਦੇ ਸਰਦੀਆਂ 'ਚ ਇੱਥੇ ਧੁੱਪ ਸੇਕਦੇ ਹਾਂ। ਹੁਣ ਥੱਲੇ ਚਲੀਏ, ਹੁਣ ਤਾਂ ਕਾਫੀ ਬਦਲੋਈ ਹੈ ਇੱਥੇ, ਮੈਂ ਵੀ ਕਾਫੀ ਟਾਈਮ ਬਾਅਦ ਆਇਆ। ਮੈਂ ਦੇਖੋ ਬੜੇ ਬੋਰਡ ਬਾਰਡ ਲੱਗੀ ਹੈ ਨਾ, ਇਹ ਕੁਛ ਹੋ ਗਈ ਆ ਚੇਂਜ, ਸਕੂਲਿਆਂ ਦਾ ਨਕਸ਼ਾ ਹੀ ਬਦਲੋਈ ਹੈ ਇੱਥੇ। ਇਸ ਇਹਨਾਂ ਕਮਰੇ 'ਚ ਕੁਛ ਦੀ ਕਲਾਸ ਲੱਗਦੀ ਸੀ? ਸਾਡੀ ਤਾਂ ਲੱਗੀ ਹੈ, ਇਹਨਾਂ ਕਮਰੇ 'ਚ ਵੀ ਲੱਗੀ ਹੈ। ਮੁੰਡਾ ਵੀ ਅਸਾਰ ਨਾਲ ਚੱਲਿਆ, ਤੇਰੀ ਵੀ ਆਈ ਹੈ? ਅੱਛਾ ਬੋਲਾ ਹਾਂ, ਚਲੋ ਇੱਥੇ ਇਹ ਹੁਣ ਗਲਾ ਦਾ ਲੈਬਾਂ ਕੀ ਕਰਦੇ ਆ, ਲੈਬਾਂ ਬਣਾਈ ਤੀਆਂ। ਅੱਛਾ ਹਾਂ, ਇੱਧਰ ਲੈਬ ਬਣਾਈ ਤੀ, ਇੱਧਰ ਵੀ ਕਲਾਸ ਲੱਗਦੀ ਸੀ ਸਾਡੀ, ਹੁਣ ਬਾਇਓਲੋਜੀ ਲੈਬ ਬਣੀ ਸੀ ਇੱਥੇ, ਇੱਥੇ ਕਲਾਸ ਲੱਗਦੀ ਹੁੰਦੀ ਸੀ। ਹੁਣ ਲੱਗਿਆ ਬੋਰਡ, ਦੱਸਿਓ ਕਦੀ ਕਦੀ ਕਲਾਸ ਲੱਗੀ ਇੱਥੇ, ਔਰ ਕਿਹੜੀ ਕਲਾਸ ਲੱਗੀ, ਮਾਰਾੜੀ ਕਿ ਬਚੀ ਇਹ? ਜੇ ਬਚੀ ਸੀ ਤਾਂ ਦੱਸਿਓ ਜ਼ਰੂਰ। ਇੱਥੇ ਵੀ ਹੁੰਦਾ ਹਾਂ ਇੱਕ, ਪਰ ਉਹ ਤੋੜੀ 'ਤੇ ਹੈ, ਇੱਧਰ ਰਸਤਾ ਵੀ ਬਦਲਤੇ ਆ, ਸਾਡੀ ਵਾਰੀ ਰਸਤਾ ਇਹ ਹੁੰਦਾ ਹਾਂ ਸਿੱਧਾ, ਇੱਧਰੋਂ ਹੋਈਗਾ ਅਸੀਂ ਉੱਧਰੋਂ ਉਤਰਦੇ ਸੀ ਪੈੜੀਆਂ 'ਚੋਂ, ਪਰ ਹੁਣ ਡਾਇਰੈਕਟ ਕਰਤੇ ਅਸੀਂ ਉੱਧਰੋਂ ਹੀ ਚੱਲਣੇ ਨਾ ਜਿੱਧਰੋਂ ਅਸੀਂ ਜਾਂਦੇ ਸੀ, ਹੈ ਨਾ? ਇਹ ਦੇਖੋ ICT ਲੈਬ, ਇੱਥੇ ਵੀ ਲੈਬਾਂ ਬਣੀ ਹੈ, ਸਾਰੇ ਬੱਚੇ ਕਿੰਨੇ ਪੜ੍ਹਦੇ ਨੇ ਇਸ ਵੇਲੇ? ਸਿਰਫ ਲੋ ਗਾਈਸ, ਇੱਥੇ ਤਾਂ ਇੱਕ ਹੋਰ ਸੁਣਨੇ ਕੀ ਮਿਲਿਆ, ਬੱਚੇ ਵੀ 100 ਹੀ ਰਹੀ ਹੈ ਕੁਛ, ਇਹ ਸਾਡੇ ਟਾਈਮ ਪਰ ਤਾਂ 150 ਸਾਡੀ ਕਲਾਸਾਂ ਦਾ ਹੀ ਨਿਆਣਾ ਹੁੰਦਾ। ਇਹ ਬਾਥਰੂਮ, ਬਾਥਰੂਮ ਜਾਣੇ ਵਾਸਤੇ ਇੱਕ ਸਟਾਈਲ ਵੀ ਹੁੰਦਾ ਹੈ ਯਾਰ, ਕਿਆ ਕਰਦੇ ਬਾਥਰੂਮ ਵਾਸਤੇ ਸਰ ਜੀ? ਜੋਕ ਮਾਰਾ ਯਾ ਹੱਸ ਰਿਹਾ ਹਲਕਾ ਹੱਸ ਜਾਣਾ ਹੈ ਨਾ।
ਸਹੀ ਹੈ, ਇਹ ਵੀ ਬਿਲਡਿੰਗ ਨਵੀਂ ਬਣੀ ਹੈ, ਸਾਡੇ ਟਾਈਮ ਪਰ ਹੈ ਨਹੀਂ ਇਹ ਬਿਲਡਿੰਗ, ਹੈ ਨਾ, ਉਹ ਹੈ ਬਾਥਰੂਮ, ਇਹ ਵੀ ਬਾਥਰੂਮ ਵੀ ਨਵੇਂ ਬਣੇ ਆ, ਲਿਬਰਟੀ ਹੈ। ਹਾਂ ਇਹ ਆ ਗਿਆ ਮੇਨ, ਜਦੋਂ ਮੈਂ 6th ਵਿੱਚ ਹੋਇਆ ਹਾਂ, 6ਵੀਂ 'ਚ ਪਿਆ ਇੱਥੇ, ਤਾਂ ਸਭ ਤੋਂ ਪਹਿਲੇ ਸਾਡੀ ਕਲਾਸ ਪਤਾ ਕਿੱਥੇ ਲੱਗੀ ਸੀ? ਉੱਥੇ, ਉਹ ਥੱਲੇ ਉੱਥੇ ਲੱਗੀ ਸੀ ਸਾਡੀ ਕਲਾਸ, ਉੱਥੋਂ ਸਟਾਰਟ ਹੋਏ। ਇੱਥੇ ਐਗਜ਼ਾਮ ਹੁੰਦੇ ਤੈਨੂੰ, ਹਾਂ ਬੋਰਡ ਦੀ, ਬੋਰਡ ਦੇ ਐਗਜ਼ਾਮ ਇੱਥੇ ਹੁੰਦੇ ਨਾ ਅੰਦਰ, ਉਹ ਵੀ ਬੰਦ ਕਰਤੀ ਹੈ, ਉਹ ਹੁੰਦੀ, ਇਹ ਹੁੰਦਾ ਹਾਂ ਪ੍ਰਿੰਸੀਪਲ ਆਫਿਸ ਪਹਿਲੇ, ਹੁਣ ਕਿਆ ਹੈ, ਪ੍ਰਿੰਸੀਪਲ ਆਫਿਸ ਹੀ ਹੈ, ਇੱਕ ਗੇਟ ਇਹ ਹੈ ਥੱਲੇ, ਇਹ ਦੁਕਾਨ ਹੈ ਸਾਹਮਣੇ, ਕੋਈ ਵੀ ਸਮਾਨ ਲੈਣਾ ਹੁੰਦਾ ਹੈ ਇੱਥੇ ਦੁਕਾਨਾਂ ਵਾਲਾ। ਇਹ ਪਾਣੀ ਪੀਣ ਵਾਲੀ ਟੈਂਕੀ, ਉੱਪਰ ਨਹਾਉਂਦਾ ਪਾਣੀ ਤਾਂ ਅਸੀਂ ਉਹ ਸਾਰਾ ਉੱਪਰੋਂ ਘੁੰਮੀ ਗਿਆ ਥੱਲੇ, ਇੱਥੇ ਆਉਣਾ ਪਾਣੀ ਪੀਣ, ਡਰ ਵੀ ਲੱਗਦਾ ਹਾਂ ਕਿਉਂਕਿ ਪ੍ਰਿੰਸੀਪਲ ਆਫਿਸ ਹੈ ਸਾਹਮਣੇ। ਇਹ ਸੀ ਸਾਡੀ ਪਹਿਲੀ ਕਲਾਸ 6th, ਕਿਉਂਕਿ 6th 'ਤੇ 27-28 ਨਿਆਣੇ ਸੀ, ਤਾਂ ਅਸੀਂ ਇੱਧਰੋਂ ਸ਼ੁਰੂ ਕੀਤਾ, ਅਤੇ ਫਿਰ ਅਚਾਨਕ ਉੱਪਰ ਚੱਲ ਗਏ, ਫਿਰ ਉੱਪਰ ਤੋਂ ਕਦੀ ਇੱਧਰ। ਤੁਹਾਡੀ ਕਿਹੜੀ ਕਲਾਸ ਸੀ, ਸਟਾਰਟ ਕਰਿਓ, ਮੈਂ ਵਿੱਚੋਂ ਘੁੰਮਣਾ, ਠੀਕ ਹੈ? ਤੁਸੀਂ ਵੀ ਕਮੈਂਟ ਕਰਿਓ ਯਾਰ, ਕਮੈਂਟ ਨਹੀਂ ਕਰਦੇ ਤੁਸੀਂ, ਤੁਹਾਡੇ ਵਾਸਤੇ ਕਰਨੇ ਸੀ, ਤੁਹਾਡੀ ਯਾਦਾਂ ਤਾਜ਼ੀਆਂ, ਕਮੈਂਟ ਕਰਿਆ ਕਰੋ। ਇਹ ਦੇਖੋ ਕਿੰਨਾ ਪਿਆਰਾ ਲੱਗਦਾ ਅੰਦਰੋਂ, ਹੈ 5th ਕਲਾਸ 6th ਕਲਾਸ, ਇਹ ਆਫਿਸ ਹੁੰਦਾ ਹਾਂ ਪਹਿਲਾਂ, ਹੈ ਨਾ, ਟੀਚਰਾਂ ਦਾ, ਵਧੀਆ ਉਹ ਵੀ ਦਿੱਤੇ ਵਿੱਚ ਪੋਸਟਰ ਲੱਗੇ। ਕੌਣ ਕੌਣ ਗਾਰ ਸਕੂਲੇ ਪੜ੍ਹਿਆ ਕਮੈਂਟ ਕਰਿਓ, ਤੁਹਾਡੇ ਵਾਸਤੇ ਵਲੋਗ ਬਣਾਉਣਾ ਮੈਂ, ਦੇਖ ਲਿਓ, ਮਿਹਨਤ ਕਰਨੇ ਆ ਯਾਰ, ਕਰਦੇ ਕਰੋ ਇੰਨੀ ਕੁ ਹੈਲਪ, ਨਾਲ ਕਮੈਂਟ ਕਰਿਓ ਕਿਹੜੀ ਕਿਹੜੀ ਕਲਾਸ 'ਚ ਪੜ੍ਹੇ ਹੋ ਤੁਸੀਂ, ਕਿਹੜੇ ਕਿਹੜੇ ਰੂਮ 'ਚ, ਕਹਿੰਦੇ ਕੋਈ ਵੀ ਯਾਦ ਹੋਊਗੀ ਤਾਂ ਕਮੈਂਟ ਕਰਕੇ ਲਿਖਿਓ ਜ਼ਰੂਰ ਥੱਲੇ, ਨਾਲ ਦੱਸਿਓ ਪਰਚੂ ਕੁਰੀ ਕੁਰੀ ਮਾਰੇ ਨੇ ਇੱਥੇ, ਠੀਕ ਹੈ? ਇੱਥੇ ਇੱਥੇ ਆਇਆ ਇੱਕ ਵਾਰੀ ਨੰਬਰ, ਇੱਕ ਵਾਰੀ ਉੱਥੇ ਆਇਆ, ਇੱਥੇ ਆਈ ਰਹੀ ਫਲੈਗ, ਫਟਾ ਫਟ ਕੀਤਾ ਖਾਲੀ, ਪਰ ਕੀ ਕਰੀਏ, ਇਹ ਬਚਾ ਹੋਈ ਫਲੈਗਾਂ ਕੋਲ ਨਹੀਂ ਫਸੇ, ਪਰ ਉਈਆਂ ਤਾਂ ਨਿਕਲੀ ਜਾਂਦਾ ਸਾਰਾ ਖਾਲੀ ਹੋਈ, ਫਿਰ ਲਿਖਣਾ ਕੀ ਆ, ਆਹੋ ਇਹ ਦੇਖੋ ਮੁੰਡਾ ਕੀ ਬੋਲਾ, ਕੀ ਬੋਲਾ ਨਾ, ਜਿਸ ਟਾਈਮ ਫਲੈਗ ਆਉਂਦੇ ਉਸ ਟਾਈਮ ਵੱਟੇ ਵੜੇ ਚੱਲਦੇ ਸੀ, ਆਹੋ ਵੱਟੇ ਤਾਂ ਚੱਲਦੇ ਸੀ, ਟੀਨਾ ਵਰੇ ਦੜਾ ਦੜ ਹੁੰਦੀ ਸੀ, ਭਲਾ ਪਹਿਰੇਦਾਰ ਬੈਠੇ ਹੁੰਦੇ ਸੀ ਉੱਪਰ, ਤੁਹਾਡੇ ਨਾਲ ਵੀ ਹੋਇਆ ਹੀ ਆ, ਕਰਿਓ ਕਮੈਂਟ ਗਾਈ, ਸੱਚੀ ਦੱਸਿਓ ਕੌਣ ਕੌਣ ਇੱਥੇ ਪੜ੍ਹਿਆ, ਕਹਿੰਦੇ ਕਮੈਂਟ ਜ਼ਰੂਰ ਕਰਨਾ ਯਾਰ, ਤੁਸੀਂ ਕਮੈਂਟ ਨਹੀਂ ਕਰਦੇ, ਆਪਣੀ ਕੋਈ ਵੀ ਯਾਦ ਹੋਊਗੀ ਉਹ ਸ਼ੇਅਰ ਜ਼ਰੂਰ ਕਰਿਓ, ਮੈਂ ਇਸੇ ਕਰਕੇ ਦੇਸੀ ਭਾਸ਼ਾ ਵਲੋਗ ਬਣਾਉਣਾ, ਨਾਲੇ ਕੋਈ ਗੱਲ ਮੈਂ ਭੁੱਲੀ ਜਾਊਂਗਾ ਤਾਂ ਉਹ ਵੀ ਦੱਸਿਓ ਮੈਨੂੰ, ਕਿਹੜੀ ਚੀਜ਼ ਮੈਂ ਭੁੱਲੀ ਹੈ ਤੁਹਾਨੂੰ ਦੱਸਣਾ, ਵੈਸੇ ਲੱਗੂ ਮੈਂ ਸਭ ਕੁਛ ਦਹੀਤਾ ਹੈ, ਅਤੇ ਹੁਣ ਮੈਂ ਤੁਹਾਨੂੰ ਲਈ ਕੇ ਆਇਆ ਸਟੇਜ ਪਰ, ਜਿੱਥੇ ਆਉਣੇ ਕਿ ਹਰ ਕੋਈ ਡਰਦਾ ਹਾਂ ਭਾਈ, ਸਾਰੇ ਡਰਨਾ ਹੀ ਯਾਰ, ਤੁਸੀਂ ਦੇਖੋ ਨਾ ਇਹ ਸਟੇਜ ਹੈ, ਔਰ ਥੱਲੇ 350-400 ਨਿਆਣਾ ਖੜ੍ਹਾ, ਕੰਬਣੀ ਲਾਉਂਦੀ ਹੈ, ਇੱਕ ਵਾਰੀ ਮੇਕੀ ਮਿਲਿਆ ਮੌਕਾ ਕਿਹਾ, ਡਰ ਹੀ ਲੱਗਿਆ, ਪਤਾ ਨਹੀਂ ਸਾਰਾ ਨੇ ਪਨਿਸ਼ਮੈਂਟ ਦਿੱਤੀ ਸੀ, ਕਿਆ ਕੀਤੇ ਆ, ਉਹ ਬੋਲਣਾ ਕਿਆ ਬੋਲਦੇ ਆ ਉਹਨੂੰ, ਜਿਹੜੀ ਪ੍ਰਤਿਗਿਆ, ਹਾਂ ਪ੍ਰਤਿਗਿਆ ਬੋਲਣੀ ਸੀ, ਪਰ ਬੁਰੀ ਹਾਲਤ ਸੀ, ਬੋਲੀ ਤਾਂ ਦਿੱਤੀ ਸੀ ਡਰਦੇ ਡਰਦੇ ਆ, ਪਰ ਉਹ ਇੱਕੋ ਵਾਰੀ ਲਾਸਟ ਫਸਟ ਔਰ ਲਾਸਟ ਵਾਰੀ ਹੈ, ਉਸ ਤੋਂ ਬਾਅਦ 'ਚ ਨਹੀਂ, ਬੜਾ ਡਰ ਲੱਗਦਾ ਭਾਈ ਉੱਪਰ, ਤੂੰ ਵੀ ਕਰਨਾ ਕਦੀ, ਤੁਸੀਂ ਵੀ ਕਦੀ ਕੀਤੀ ਹੈ, ਮੁੰਡਾ ਕਹਿੰਦਾ ਅਸੀਂ ਵੀ ਕੀਤੀ ਹੈ, ਪਰ ਯਾਰ ਤੂੰ ਇਹ ਸੋਚਦਾ 450 ਨਿਆਣੇ ਆ ਕੇ ਕਰਨੀ, 450 ਮੈਂ ਘੱਟ ਬੋਲਾਂ, ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਵੇ, ਇਹ ਪੂਰੀ ਸਟੇਜ ਇੰਨੀ ਭਰੋਈ ਹੁੰਦੀ ਸੀ ਸਾਡੇ ਟਾਈਮ ਪਰ, ਅਤੇ ਉਹ ਲਾਸਟ ਤੱਕ ਨਾ ਖੜਾਉਣੇ ਨੂੰ ਵੀ ਕਈ ਵਾਰ ਜਗ੍ਹਾ ਨਾ ਹੁੰਦੀ ਇੰਨੀ ਜ਼ਿਆਦਾ, ਅਤੇ ਹੁਣ ਕਿਹਾ ਨਿਆਣੇ ਸੋ ਰਹੇ ਹੀ ਹਨ ਸਿਰਫ, ਗਾਈਸ ਇਹ ਵੀ ਗੱਲ ਗਲਤ ਹੈ ਯਾਰ, ਤੁਸੀਂ ਪ੍ਰਾਈਵੇਟ ਸਕੂਲਾਂ 'ਚ ਜਾਂਦੇ ਹੋ, ਸਰਕਾਰੀ ਸਕੂਲ 'ਚ ਵੀ ਆਓ, ਸਰਕਾਰੀ ਸਕੂਲ 'ਚ ਕੀ ਕਮੀ ਹੈ, ਗੌਰਮੈਂਟ ਉਹਨਾਂ ਨੂੰ 70-80 ਹਜ਼ਾਰ ਤਨਖਾਹ ਦੇ ਦੀ ਹੈ, ਤਾਂ ਪੜ੍ਹਾਉਣੇ ਵਾਸਤੇ ਦੇ ਦੀਏ, ਇਹ ਮੇਰੀ ਸੁਜੈਸ਼ਨ ਹੈ, ਇੱਕ ਕਰੋ ਯਾਰ, ਗੱਡੀਆਂ ਵੀ ਲਾਈਆਂ ਬੋਲਾਂ ਦਾ, ਗੱਡੀਆਂ ਲਾਈ ਤੀਆਂ ਅਗਲੇ ਨੇ ਪ੍ਰਾਈਵੇਟ ਸਕੂਲਾਂ 'ਚ, ਕਰੋ ਯਾਰ ਸਰਕਾਰੀ ਸਕੂਲਾਂ 'ਚ ਵੀ ਪੜ੍ਹਾਓ, ਸਰਕਾਰੀ ਸਕੂਲਾਂ 'ਚ ਵੀ ਪੜ੍ਹਾਈ ਹੁੰਦੀ ਹੈ, ਬਾਕੀ ਤੁਹਾਡੀ ਮਰਜ਼ੀ ਹੈ, ਅਸੀਂ ਤਾਂ ਸੁਜੈਸ਼ਨ ਕਰ ਸਕਦੇ, ਪਰ ਇਹ ਸੁਣੀ ਕੇ ਦੁੱਖ ਜਿਹਾ ਆਇਆ ਕਿ ਯਾਰ 100 ਬੱਚੇ ਰਹੀ ਸਿਰਫ, ਕਿਆ ਯਾਰ, ਚਲੋ ਹੁਣ ਉੱਪਰ ਚੱਲਣੇ ਆ,
ਇੱਕ ਮੇਨ ਚੀਜ਼ ਦੱਸਣੇ, ਘਰ ਕਿਉਂ ਆਉਂਦੇ ਇਹ ਬੱਚੇ? ਰੀਜ਼ਨ ਸਭ ਤੋਂ ਵੱਡਾ ਲੁਕਣੇ ਦਾ। ਹੁਣ ਇਹ ਦੱਸਿਓ ਵੀ ਡੀਂਗੋ ਕੋਲੀ ਕੁਸਕੀ ਯਾਦ ਹੈ, ਦੱਸਿਓ ਜ਼ਰੂਰ। ਅਰੇ ਬਾਪ ਰੇ, ਇਹ ਤਾਂ ਧੋਤੀ ਖੋਲ ਰਿਹਾ ਹੈ। ਜ਼ਰੂਰ ਕਮੈਂਟ ਕਰੀਗੇ। ਹੁਣ ਉੱਧਰ ਚੱਲਣੇ ਹਾਂ, ਡੀਂਗੋ ਕੋਲੀ ਦੱਸ ਰਿਹਾ ਤੁਹਾਨੂੰ, ਵਿੱਚੋਂ ਤਾਂ ਨਹੀਂ ਦੱਸਦੇ, ਬੜਾ ਬੁਰਾ ਹਾਲ ਹੋਣਾ, ਪਰ ਦੱਸਣਾ। ਉਹ ਉੱਧਰ ਉਸ ਸਾਈਡ ਯਾਦ ਹੈ, ਇਸ ਵੇਲੇ ਮੈਂ ਇਹ ਘੁੰਮਾਂ ਨਾ, ਦੇਖੋ ਪਿੱਛੇ ਫੇਲ ਹੋਇਆ, ਇਹਨੂੰ ਪੁੱਛਣੇ ਇੱਕ ਵਾਰ ਵੀ ਨਹੀਂ। ਆਹੋ, ਹੁਣ ਤਾਂ ਸਰਕਾਰ ਕਰਦੀ ਨਹੀਂ, ਸਾਡੀ ਵਾਰੀ ਹੀ ਨਫ਼ਰਤ। ਚਲੋ ਇੱਧਰ ਚੱਲਦੇ ਹਾਂ। ਹੁਣ ਇੱਧਰ ਹੁੰਦੀ ਸੀ ਸਮੋਸਿਆਂ ਦੀ ਦੁਕਾਨ, ਤੁਹਾਡੇ ਟਾਈਮ ਪਰ ਹੁੰਦੀ ਸੀ? ਸਾਡੇ ਟਾਈਮ ਪਰ ਤਾਂ ਹੁੰਦੀ। ਇੱਧਰੋਂ ਉਤਰਨਾ ਸੀ, ਇੱਧਰ ਛੋਟਾ ਸਕੂਲ ਹੈ ਸ਼ਾਇਦ, ਇੱਧਰੋਂ ਉਤਰੀ ਕੇ ਸਮੋਸਿਆਂ ਦੀ ਦੁਕਾਨ, ਇੱਥੋਂ ਉਤਰਨਾ ਥੱਲੇ ਨੂੰ, ਇੱਥੇ ਖਾਣੇ ਆਉਂਦੇ ਸਮੋਸੇ। ਹੁਣ ਤਾਂ ਸਭ ਕੁਛ ਇਹ ਲੱਗਦਾ ਜਿਵੇਂ ਕੋਈ ਹੈ ਹੀ ਨਹੀਂ ਇੱਥੇ, ਹੈ ਨਾ, ਖੰਡਰ ਹੋਈ ਹੈ ਕਿਸਮ ਦਾ। ਚਲੋ ਯਾਦਾਂ ਨੂੰ ਨਾਲੇ ਜਿਹੜੇ ਉਹ ਮੇਰੀ ਨਾ ਪਹਾੜੀ ਮਿਕਸ ਹੈ ਸਾਡੀ, ਇੱਧਰ ਤੁਹਾਨੂੰ ਪਤਾ ਨਾ ਪੂਰੀ ਤਰ੍ਹਾਂ ਪਹਾੜੀ ਹੈ ਨਾ ਪੰਜਾਬੀ ਹੈ, ਤਾਂ ਕਾਲਾ ਮਾਲਾ ਮਿਕਸ ਹੀ ਹੈ, ਸਮਝਦਾਰ ਹੋ ਤੁਸੀਂ, ਬਾਕੀ ਪਤਾ ਹੀ ਤੁਹਾਨੂੰ। ਇਹ ਦੇਖੋ, ਜੇ ਕੋਈ ਕਲਾਸ ਨਾ ਹੋ ਲਾਉਣੀ ਹੁੰਦੀ ਤਾਂ ਸਭ ਤੋਂ ਪਹਿਲਾ ਫਾਇਦਾ ਗਾ ਸਕੂਲੇ ਪੜ੍ਹਨੇ ਦਾ, ਰੀਜ਼ਨ ਇੱਕ, ਇੱਥੋਂ ਉਤਰਦੇ ਥੱਲੋ, ਇੱਧਰੋਂ ਜ਼ਿਆਦਾ ਬਾਹਰ, ਜਾਂ ਸੜਕਾਂ ਹੋਈ ਕਿਸੇ ਦੇ ਘਰ ਨੂੰ, ਅਤੇ ਇੱਥੇ ਕਲਾਸ ਲੱਗੀ ਹੋਣੀ ਹੈ। ਅਤੇ ਸਰ ਜੀ, ਅੱਛਾ ਇਹ ਦੱਸਿਓ ਤੁਹਾਡੇ 'ਚ ਇਹ ਕੌਣ ਕੌਣ ਕਰਦਾ ਸਰ ਜੀ ਬਾਥਰੂਮ ਜਾਣਾ ਜੀ? ਸੱਚ ਦੱਸਿਓ ਕੌਣ ਕੌਣ ਕਰਦਾ ਹੈ? ਮੁੰਡਾ ਕਲਾਸ ਅਸੀਂ ਵੀ ਕਰਦੇ, ਦੱਸਿਆ ਕੀ ਕਰਦੇ ਸਰ ਜੀ ਬਾਥਰੂਮ ਜਾਣਾ। ਇਹ ਦੇਖੋ ਇੱਥੇ ਕਲਾਸਾਂ ਲੱਗੀ ਹੋਣੀ ਹੈ ਲਾਈਨ ਵਾਈਜ਼, ਯਾਰ ਗਰਮੀਆਂ 'ਚ ਮਾਰ ਪਾਉਂਦੀ ਸੀ ਨਾ, ਤਾਂ ਨਾ ਉਹ ਕੁਛ ਵੀ ਹੁੰਦਾ, ਪਰ ਸਰਦੀਆਂ ਦੀ ਮਾਰ ਦੀ ਸ਼ਰਮ ਬੜੀ ਆਉਂਦੀ ਸੀ। ਰੀਜ਼ਨ ਇਹ ਆ, ਧੁੱਪ ਸੇਕਣੀ ਸਾਰਿਆਂ ਦੀ, ਇੱਥੇ 9ਵੀਂ 10ਵੀਂ 11ਵੀਂ 12ਵੀਂ 6ਵੀਂ 7ਵੀਂ ਸਾਰੀਆਂ ਕਲਾਸਾਂ ਲੱਗੀਆਂ ਹੋਣੀਆਂ, ਕੁੜੀਆਂ ਸਾਹਮਣੇ ਮੁੰਡਾ ਵੀ ਗਲਾ, ਦੇਖ ਲਓ ਕੀ ਹੁੰਦਾ, ਮਾਰ ਖਾਣੇ ਸ਼ਰਮ ਵੀ ਲੱਗਦੀ, ਸ਼ਰਮ ਵੀ ਲੱਗਦੀ। ਕੈਸੇ ਕੈਸੇ ਲੋਕ ਰਹਤੇ ਯਾਰ ਯਹਾਂ ਪਰ, ਇਹ ਮਾਰ ਖਾਣੇ ਦੀ ਤੁਹਾਡੇ ਨਾਲ ਵੀ ਹੋਇਆ? ਇੱਧਰ ਹੋਇਆ ਬਾਥਰੂਮ, ਇੱਥੋਂ ਲੈਣਾ, ਇੱਥੋਂ ਲੈਣੀ ਸਰ ਜੀ ਬਾਥਰੂਮ ਜਾਣਾ ਜੀ, ਕਹਿੰਦੇ ਜਾਣਾ ਕੁੱਧਰ ਪਿੱਛੇ, ਚਲੋ ਲੈ ਕੇ ਚੱਲਣੇ ਤੁਹਾਨੂੰ ਬਾਥਰੂਮ ਸਾਈਡ। ਇਹ ਬਾਥਰੂਮ ਜਿੱਧਰੋਂ ਇੱਥੋਂ ਪਿੱਛੇ ਹੋਏ, ਕੁੜੀਆਂ ਤਾਂ ਉੱਧਰ ਚਲੀ ਜਾਂਦੀਆਂ, ਮੁੰਡੇ ਇੱਥੋਂ ਪਿੱਛੇ ਹੋਏ, ਕਹਿੰਦੇ ਇੱਥੇ। ਹੁਣ ਕਈ ਹੁੰਦੇ ਇਹ ਚੋਟ ਤਮਾਕੂ ਵਾਲੇ ਵੀ, ਹੈ ਨਾ, ਉਹਨਾਂ ਨੇ ਚੋਟ ਤਮਾਕੂ ਲੈਣੀ, ਕਹਿੰਦੇ ਇੱਧਰੋਂ ਖਿਸਕਣਾ, ਇਹ ਸਾਹਮਣੇ ਡੀਂਗੋ ਕਾਲੀ, ਮਤਲਬ ਪ੍ਰੇਅਰ ਦੇ 50 ਜਾਂ 60 ਬੱਚੇ ਦਾ ਡੀਂਗੂ ਕੋਲੀ ਮਿਲ ਹੀ ਜਾਂਦੇ। ਦੱਸਿਓ ਕਿਹੜਾ ਕਿਹੜਾ ਡੀਂਗੂ ਕੋਲੀ ਰਹਿ ਚੁੱਕੇ, ਕਮੈਂਟ ਕਰੀਗੇ ਜ਼ਰੂਰ। ਮਾਸਟਰ ਡੰਡੇ ਲਈ ਡੀਂਗੂ ਕੋਲੀ ਜਿਹੜੇ ਕਿਹੜੇ ਕਿਹੜੇ, ਮੁੰਡਾ ਵੀ ਗਲਾ ਲਾ, ਮਾਸਟਰ ਡੰਡੇ ਲਈ ਪੁੱਜ ਜਾਂਦੇ ਇਹ ਪਿੱਛੇ ਹੀ, ਇਹ ਗਿਆ ਰਸਤਾ ਹੈ ਉਹ ਡੀਂਗੂ ਕੋਲੀ ਨੂੰ, ਇੱਧਰ ਨੂੰ ਰਹਿਤਪੁਰੇ ਨੂੰ। ਨਾਲੇ ਗਾਈਜ਼ ਬਲੌਗ ਕਦੇ ਲੱਗਾ ਤਾਂ ਕਮੈਂਟ ਕਰੀਗੇ ਦੱਸਿਓ। ਹੁਣ ਮੈਂ ਜਾਂਦੀ ਵੇਲੇ ਤੁਹਾਨੂੰ ਉਹ ਸ਼ੋਰਟਕਟ ਵੀ ਦੱਸਣਾ ਜਿੱਧਰੋਂ ਅਸੀਂ ਪੈਦਲ ਹੋਈ ਕਹਿੰਦੇ, ਠੀਕ ਹੈ? ਨਾਲੇ ਤੁਸੀਂ ਕਿੱਥੋਂ ਪੜ੍ਹਦੇ ਇਹ ਗਾਰ ਸਕੂਲੇ, ਲਠਿਆਲੀ ਕਸਿਆਲੀ ਜਾਂ ਫਿਰ ਰੇ ਕਿੱਥੋਂ, ਜੇ ਪੜ੍ਹੇ ਹੋ ਇੱਥੇ ਤਾਂ ਨਾਲੇ ਆਪਣੀ ਸਕੂਲ ਦੀ ਕੋਈ ਵੀ ਯਾਦ ਹੈ ਉਹ ਸ਼ੇਅਰ ਜ਼ਰੂਰ ਕਰਿਓ, ਜ਼ਰੂਰੀ ਨਹੀਂ ਸਕੂਲ ਦੀ, ਕੋਈ ਵੀ ਸਕੂਲ ਦੀ ਯਾਦ ਹੋਵੇ। ਸੋ